ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੋਰੈਸਟ ਗਾਰਡ ਦੀ ਐਗਜ਼ਾਮ ਡੇਟਾ ਜਿਹੜੀ ਉਹ ਪੀਟ੍ਰੀਪੀਐਸਬੀ ਬੋਰਡ ਨੇ ਆਪਣੀ ਵੈਬਸਾਈਟ ਦੇ ਉੱਤੇ ਪਾਈ ਹੋਈ ਹੈ ਬਹੁਤ ਸਾਰੇ ਕੈਂਡੀਡੇਟਸ ਨੂੰ ਪਤਾ ਹੈ ਕਿ ਕਦੋਂ ਪੇਪਰ ਹੋਣਾ ਬਹੁਤ ਸਾਰੇ ਮੈਨੂੰ ਮੈਸੇਜ ਕਮੈਂਟ ਤੇ ਫੋਨ ਆ ਰਹੇ ਆ ਤੇ ਕੈਂਡੀਡੇਟਸ ਪੁੱਛ ਰਹੇ ਆ ਕਿ ਪੇਪਰ ਕਦੋਂ ਹੋਣਾ ਹੈ ਠੀਕ ਹੈ ਤਾਂ ਇਸ ਵੀਡੀਓ ਵਿੱਚ ਮੈਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸੂਗਾ ਕਿ ਪੇਪਰ ਕਦੋਂ ਹੋਣਾ ਜਾ ਰਿਹਾ ਹੈ ਐਡਮਿਟ ਕਾਰਡ ਕਦੋਂ ਆਉਣਗੇ ਪੇਪਰ ਦਾ ਸਿਲੇਬਸ ਕੀ ਹੈ ਤੇ ਤੁਹਾਡੇ ਲਈ ਪੰਜ ਸਪੈਸ਼ਲ ਮੋਕ ਟੈਸਟ ਬਣਾਏ ਜਾ ਰਹੇ ਆ ਜਿਸ ਦੇ ਵਿੱਚ ਮੈਥ ਤੇ ਰੀਜ਼ਨਿੰਗ ਦਾ ਸੋਲੂਸ਼ਨ ਵੀ ਮਿਲੇਗਾ ਪੰਜਾਬੀ ਤੇ ਇੰਗਲਿਸ਼ ਵਿੱਚ ਇਹ ਮੌਕ ਟੈਸਟ ਤੁਹਾਨੂੰ ਮਿਲਣਗੇ ਠੀਕ ਹੈ ਮੇਰੇ ਇਸ ਨੰਬਰ ਦੇ ਉੱਤੇ WhatsApp ਨੰਬਰ ਹੈ ਇਹ ਮੇਰਾ ਇਸ ਦੇ ਉੱਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਐਡ ਕਰ ਲੂੰਗਾ ਤੇ ਮੌਕ ਟੈਸਟ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਦੱਸ ਦਿਓ ਠੀਕ ਹੈ ਪੰਜ ਮੌਕ ਟੈਸਟ ਤੁਹਾਨੂੰ ਸਿਲੇਬਸ ਦੇ ਅਕੋਰਡਿੰਗ ਅਤੇ ਪੇਪਰ ਪੈਟਰਨ ਦੇ ਅਕੋਰਡਿੰਗ ਮਿਲਣਗੇ ਸਿਲੇਬਸ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਸਿਲੇਬਸ ਕਿੱਥੋਂ ਮਿਲ ਸਕਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਠੀਕ ਹੈ ਅ ਪੀਟਰੀ ਪਲੱਸ ਵੀ ਬੋਰਡ ਨੇ ਇੱਕ ਨੋਟੀਫਿਕੇਸ਼ਨ ਪਾਇਆ ਹੋਇਆ ਠੀਕ ਹੈ ਦੇਖਦੇ ਆ ਇਸ ਨੋਟੀਫਿਕੇਸ਼ਨ ਨੂੰ ਸੋ ਇਸ ਦੇ ਵਿੱਚ ਫੋਰੈਸਟ ਗਾਰਡ 7ਵੇਂ ਨੰਬਰ ਤੇ ਦੇਖੋ ਐਡਵਰਟਾਈਜ਼ਮੈਂਟ ਨੰਬਰ 7 ਇਸ ਦਾ ਪੇਪਰ ਤੁਹਾਡਾ 13 11 2022 ਨੂੰ ਹੋਣ ਜਾ ਰਿਹਾ ਹੈ ਜਾਨੀ ਕਿ 13 ਨਵੰਬਰ ਨੂੰ ਫੋਰੈਸਟ ਗਾਰਡ ਦਾ ਪੇਪਰ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਠੀਕ ਹੈ ਸੋ ਮੇਰੇ WhatsApp ਦੇ ਉੱਤੇ ਸਾਰੇ ਜਣੇ ਮੈਸੇਜ ਕਰ ਲਓ ਟੈਲੀਗ੍ਰਾਮ ਦੇ ਗਰੁੱਪ ਵਿੱਚ ਵੀ ਐਡ ਹੋ ਜਾਓ ਇਸ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਅ ਤਿਆਰੀ ਕਰਵਾਵਾਂਗੇ ਠੀਕ ਹੈ ਬਾਕੀ ਮੌਕ ਟੈਸਟਾਂ ਦੀ ਫੀਸ ਹੋਏਗੀ ਉਹ ਬਹੁਤ ਹੀ ਘੱਟ ਹੋਏਗੀ YouTube ਦੇ ਉੱਤੇ ਬਿਲਕੁਲ ਫ੍ਰੀ ਹੈ ਤਿਆਰੀ ਠੀਕ ਹੈ ਮੌਕ ਟੈਸਟ ਦੇਣ ਦਾ ਮਕਸਦ ਬਣਾਉਣ ਦਾ ਮਕਸਦ ਇਹ ਹੀ ਹੈ ਤਾਂ ਜੋ ਤੁਹਾਨੂੰ ਪੇਪਰ ਪੈਟਰਨ ਪਤਾ ਲੱਗ ਸਕੇ ਤੇ ਤੁਹਾਡੀ ਪ੍ਰੈਕਟਿਸ ਹੈ ਜਿਹੜੀ ਉਹ ਪੇਪਰ ਤੋਂ ਪਹਿਲਾਂ ਹੋ ਸਕੇ ਬਾਕੀ ਪੇਪਰ ਤੋਂ ਪਹਿਲਾਂ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਆ YouTube ਦੇ ਵਿੱਚ ਤੁਹਾਨੂੰ ਵੀਡੀਓ ਪਾ ਕੇ ਸਿਲੇਬਸ ਹੈ ਜਿਹੜਾ ਤੁਹਾਡਾ ਉਹ ਕਰਵਾ ਦੇਣਾ ਹੈ ਪਹਿਲਾਂ ਵੀ ਮੈਂ ਵੀਡੀਓ ਪਾਈ ਹੋਈਆਂ ਪਲੇਲਿਸਟ ਬਣਾਈ ਹੋਈ ਹੈ ਉਹ ਵੀ ਤੁਸੀਂ ਕਿਵੇਂ ਦੇਖ ਸਕਦੇ ਮੈਂ ਅੱਗੇ ਦੱਸ ਦਿੰਨਾ ਇੱਕ ਵਾਰੀ ਤੁਹਾਨੂੰ ਮੈਂ ਸਿਲੇਬਸ ਦਿਖਾ ਦਿੰਨਾ ਹੈ ਆ ਦੇਖ ਲਓ ਮੈਂ ਆਪਣੇ ਟੈਲੀਗ੍ਰam ਦੇ ਉੱਤੇ ਸਿਲੇਬਸ ਪਾਇਆ ਹੋਇਆ ਜੀਕੇ ਫੈਕਟਸ ਸਰਚ ਕਰ ਲਿਓ ਟੈਲੀਗ੍ਰam ਦੇ ਉੱਤੇ ਜਾ ਕੇ ਉੱਥੇ ਤੁਹਾਨੂੰ ਸਿਲੇਬਸ ਮਿਲ ਜੇਗਾ ਫੋਰੈਸਟ ਗਾਰਡ ਦਾ ਤੇ ਮੈਨੂੰ ਮੈਸੇਜ ਕਰਕੇ ਵੀ ਐਡ ਹੋ ਸਕਦੇ ਹੋ ਜੇ ਮੋਕ ਟੈਸਟ ਲੈਣੇ ਤਾਂ ਵੀ ਦੱਸ ਸਕਦੇ ਹੋ ਠੀਕ ਹੈ ਮੇਰੇ ਨੰਬਰ ਦੇ ਉੱਤੇ ਮੈਸੇਜ ਕਰ ਲਿਓ ਵਟਸਐਪ ਨੰਬਰ ਹੈ ਮੇਰਾ ਇਹ ਇੱਕ ਵਾਰੀ ਮੈਂ ਤੁਹਾਨੂੰ ਪੂਰਾ ਦਿਖਾ ਦ ਪੇਪਰ ਪੈਟਰਨ ਬਾਰੇ ਵੀ ਦੱਸ ਦਿੰਨਾ ਹੈ ਐਮਸੀਕਿਊ ਟਾਈਪ ਹੋਣ ਹੋਏਗਾ ਪੇਪਰ ਓਐਮਆਰ ਸ਼ੀਟ ਦੇ ਉੱਤੇ ਹੋਣਾ ਹੈ ਜਾਨੀ ਕਿ ਆਫਲਾਈਨ ਪੇਪਰ ਹੋਏਗਾ ਨੈਗੇਟਿਵ ਮਾਰਕਿੰਗ ਹੈਗੀ ਆ ਠੀਕ ਹੈ ਜੇ ਇੱਕ ਕੁਐਸਚਨ ਗਲਤ ਹੋ ਗਿਆ 0.25 ਨੰਬਰ ਕੱਟੇ ਜਾਣਗੇ ਮਤਲਬ ਚਾਰ ਕੁਐਸਚਨ ਗਲਤ ਤਾਂ ਇੱਕ ਨੰਬਰ ਕੱਟਿਆ ਜਾਏਗਾ 120 ਕੁਐਸਚਨ ਹੈ 120 ਮਿੰਟ ਦੇ ਵਿੱਚ ਕਰਨੇ ਆ 2 ਘੰਟੇ ਮਤਲਬ ਠੀਕ ਹੈ ਪੇਪਰ ਦੇ ਵਿੱਚ ਕੀ ਕੀ ਆਉਣਾ ਹੈ ਕੀ ਕੀ ਸਿਲੇਬਸ ਹੈ ਜਰਨਲ ਨੋਲਜ ਕਰੰਟ ਅਫੇਅਰਸ ਇਹ ਆਉਣੇ ਆ ਤੁਹਾਨੂੰ 30 ਨੰਬਰ ਦੇ ਨੈਸ਼ਨਲ ਇੰਟਰਨੈਸ਼ਨਲ ਕਰੰਟ ਅਫੇਅਰਸ ਇਹਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਆ ਪੋਲਿਟੀ ਹੋ ਗਿਆ এনवायरमेंट ਕਰੰਟ ਅਫੇਅਰ ਸਾਇੰਸ ਐਂਡ ਟੈਕਨੋਲੋਜੀ ਇਕਨੋਮਿਕਸ ਹਿਸਟਰੀ ਆਫ ਪੰਜਾਬ ਹਿਸਟਰੀ ਆਫ ਇੰਡੀਆ ਠੀਕ ਹੈ ਜਾਨੀ ਕਿ ਮਾਡਰਨ ਹਿਸਟਰੀ ਸਪੋਰਟਸ ਸਿਨੇਮਾ ਲਿਟਰੇਚਰ ਠੀਕ ਹੈ ਮੈਥ ਅਤੇ ਰੀਜ਼ਨਿੰਗ ਹੋ ਗਿਆ 30 ਨੰਬਰ ਦੀ ਇਹ ਤੁਸੀਂ ਦੇਖ ਸਕਦੇ ਆ ਅਲੱਗ-ਅਲੱਗ ਟੋਪਿਕ ਮੈਥ ਅਤੇ ਰੀਜ਼ਨਿੰਗ ਦੇ 15 ਬੰਦਨਾ ਨੰਬਰ ਦੀ ਮੈਥ ਰੀਜ਼ਨਿੰਗ ਹੋਗੀ ਇੰਗਲਿਸ਼ ਹੋਗੀ 15 ਨੰਬਰ ਦੀ 15 ਨੰਬਰ ਦੀ ਹੋਗੀ ਪੰਜਾਬੀ ਗ੍ਰਾਮਰ ਤੇ ਕੰਪਿਊਟਰ ਹੋ ਗਿਆ 10 ਨੰਬਰ ਦਾ ਪੰਜਾਬ ਹਿਸਟਰੀ ਐਂਡ ਕਲਚਰ B ਨੰਬਰ ਦੀ ਇਸ ਤਰ੍ਹਾਂ ਤੁਹਾਡਾ 120 ਨੰਬਰ ਦਾ ਇਹ ਪੇਪਰ ਹੋਣਾ ਠੀਕ ਹੈ ਸਿਲੇਬਸ ਤੇ ਪੇਪਰ ਪੈਟਰਨ ਇਹ ਹੈ ਤੇ ਪੰਜ ਮੌਕ ਟੈਸਟ ਜਿਹੜੇ ਅਸੀਂ ਤਿਆਰ ਕੀਤੇ ਹਨ ਉਹ ਬਿਲਕੁਲ ਇਸੇ ਤਰ੍ਹਾਂ ਤਿਆਰ ਕੀਤੇ ਗਏ ਹਨ ਜਿਵੇਂ ਤੁਹਾਨੂੰ 30 ਨੰਬਰ ਦੀ ਜੀਕੇ ਆਉਣੀ ਹੈ ਤਾਂ ਹਰੇਕ ਮੌਕ ਟੈਸਟ ਵਿੱਚ 30 ਕੁਐਸਚਨ ਜੀਕੇ ਦੇ ਹੋਣਗੇ 30 ਕੁਐਸਚਨ ਮੈਥ ਤੇ ਰੀਜ਼ਨਿੰਗ ਦੇ 15 ਕੁਐਸਚਨ ਇੰਗਲਿਸ਼ ਦੇ ਹਰੇਕ ਮੌਕ ਟੈਸਟ ਵਿੱਚ 15 ਕੁਐਸਚਨ ਪੰਜਾਬੀ ਬਿਆਕਰਨ ਦੇ ਠੀਕ ਹੈ ਸੋ ਇਸ ਤਰ੍ਹਾਂ ਇਹ ਮੌਕ ਟੈਸਟਾਂ ਜਿਹੜੇ ਤਿਆਰ ਕੀਤੇ ਗਏ ਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਐਡਮਿਟ ਕਾਰਡ ਬਾਰੇ ਪੇਪਰ ਤੁਹਾਡਾ ਹੋਣਾ 13 ਨਵੰਬਰ ਨੂੰ ਐਡਮਿਟ ਕਾਰਡ ਤੁਹਾਡੇ 5-6 ਦਿਨ ਪਹਿਲਾਂ ਆਉਣਗੇ ਠੀਕ ਹੈ ਤੇ ਸੈਂਟਰ ਦਾ ਪਹਿਲਾਂ ਤੁਹਾਨੂੰ 2 ਦਿਨ ਲੱਗੇਗਾ ਪਤਾ ਠੀਕ ਹੈ ਸੋ ਸਾਰੇ ਜਣੇ ਤੁਸੀਂ ਆਪਣੀ ਤਿਆਰੀ ਜਿਹੜੀ ਉਹ ਸ਼ੁਰੂ ਕਰ ਦਿਓ ਇਸ ਚੈਨਲ ਦੇ ਉੱਤੇ ਵੀ ਤਿਆਰੀ ਤੁਹਾਡੀ ਸ਼ੁਰੂ ਕਰਵਾ ਦਿੱਤੀ ਹੈ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਓ ਕਿਵੇਂ ਪਲੇਲਿਸਟ ਦੇਖਣੀ ਆ ਉਹ ਵੀ ਤੁਹਾਨੂੰ ਦੱਸ ਦਨਾਂ ਤੁਸੀਂ ਸਰਚ ਬਾਰ ਦੇ ਵਿੱਚ ਜਾਓ ਜੀਕੇ ਫੈਕਟ ਸਰਚ ਕਰ ਲਿਓ ਠੀਕ ਹੈ ਤੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਚੈਨਲ ਓਪਨ ਹੋਏਗਾ ਇਸ ਦੇ ਉੱਤੇ ਕਲਿੱਕ ਕਰਿਓ ਤੇ ਜਦੋਂ ਕਲਿੱਕ ਕਰੋਗੇ ਐਵੇਂ ਦੀਆਂ ਆਪਸ਼ਨਾਂ ਆ ਜਾਣਗੀਆਂ ਹੋਮ ਵੀਡੀਓਜ਼ ਪਲੇਲਿਸਟ ਪਲੇਲਿਸਟ ਵਿੱਚ ਜਾਓ ਇੱਥੇ ਦੇਖ ਲਓ ਜਾ ਕੇ ਫੋਰੈਸਟ ਗਾਰਡ 2022 ਠੀਕ ਹੈ ਇਸ ਦੇ ਵਿੱਚ ਜਿੰਨੀਆਂ ਵੀ ਵੀਡੀਓ ਪਾਈਆਂ ਹੋਈਆਂ ਸਾਰੀਆਂ ਦੇਖ ਲਿਓ ਕਿਉਂਕਿ ਪੇਪਰ ਦੇ ਨਾਲ ਸਿਲੇਬਸ ਦੇ ਅਕੋਰਡਿੰਗ ਜੋ ਵੀ ਰਿਲੇਟਡ ਵੀਡੀਓ ਸਾਰੀਆਂ ਪਾਈਆਂ ਹੋਈਆਂ ਠੀਕ ਹੈ ਪੀਪਰ ਤੋਂ ਪਹਿਲਾਂ ਜਿੰਨੇ ਵੀ ਕੁਐਸਚਨ ਮੈਕਸਿਮਮ ਕਰਵਾ ਸਕਿਆ ਮੈਂ ਜ਼ਰੂਰ ਕਰਵਾਉਂਗਾ ਤੁਹਾਨੂੰ ਅਲੱਗ-ਅਲੱਗ ਸਬਜੈਕਟਾਂ ਦੇ ਫ੍ਰੀ ਦੇ ਵਿੱਚ ਤੇ ਮੌਕ ਟੈਸਟਾਂ ਦੀ ਫੀਸ ਬਿਲਕੁਲ ਘੱਟ ਹੋਏਗੀ ਠੀਕ ਹੈ ਤਾਂ ਜੋ ਹਰੇਕ ਕੈਂਡੀਡੇਟ ਉਹਨਾਂ ਨੂੰ ਲੈ ਸਕੇ ਤੇ ਆਪਣੀ ਤਿਆਰੀ ਜਿਹੜੀ ਉਹ ਪੀਪਰ ਤੋਂ ਪਹਿਲਾਂ ਵਧੀਆ ਢੰਗ ਨਾਲ ਕਰ ਸਕੇ ਠੀਕ ਹੈ ਸੋ ਸਾਰੇ ਜਾਨੇ ਮੇਰੇ ਵਟਸਐਪ ਦੇ ਉੱਤੇ ਮੈਸੇਜ ਜ਼ਰੂਰ ਕਰ ਲਓ ਤੇ ਮੌਕ ਟੈਸਟ ਲੈਣੇ ਤਾਂ ਵੀ ਦੱਸ ਦਿਓ ਤੇ ਗਰੁੱਪ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਦੇ ਗਰੁੱਪ ਦੇ ਵਿੱਚ ਵੀ ਐਡ ਕਰ ਲੂੰਗਾ ਬਾਕੀ ਲਿੰਕ ਦਾ ਡਿਸਕ੍ਰਿਪਸ਼ਨ ਵਿੱਚ ਵੀ ਦਿੱਤਾ ਟੈਲੀਗ੍ਰam ਦਾ ਉੱਥੋਂ ਵੀ ਤੁਸੀਂ ਐਡ ਹੋ ਸਕਦੇ ਆ ਠੀਕ ਹੈ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ